ਮੈਂ ਤਾਂ ਜਾ ਕੇ ਗੱਲ ਕਰੇ ਨਹੀਂ ਇਹਨਾਂ ਦੇ ਨਾਲ ਕੀ ਹੋਇਆ ਕਿਉਂ ਕਮਲੀਆਂ ਹੋਈਆਂ ਵਧੀਆਂ ਖੈਰ ਤਾਂ ਨਹੀਂ ਕੀ ਕਰੀਏ ਹੋਰ ਕੀ ਹੋਇਆ ਕੀ ਕਿਤਨਾ ਆ ਜਿਹੜੀ ਆਪਣੀ ਗਵਾਡਿਆਂ ਸਗਾ ਮੇ ਪਈ ਇਹ ਥਾਪੀਆਂ ਰੋਜ਼ ਚੁਰਾ ਕੇ ਲੈ ਜਾਂਦੀ ਏ ਮੈਂ ਦੋ ਗਵਾਡੀਆਂ ਹੋਰ ਹੀ ਵੀ ਦੱਸਿਆ ਵੀ ਉਹ ਅੰਦਰ ਪਹਿਲੇ ਸੀ ਆਪਣੀ ਅੱਖੀ ਨਾਲ ਵੇਖਿਆ ਇਹਨੂੰ ਤੁਸੀਂ ਸਮਝਾ ਲਓ ਵਰਨਾ ਅਸੀਂ ਇਹਨੂੰ ਮਾਰ ਘਤਣਾ ਹੀ ਨਹੀਂ ਨਹੀਂ ਐਡੀ ਗੱਲ ਕਾਈ ਨਹੀਂ ਏ ਆਪਣਾ ਵਾਰਡ ਗਵਾਡੇ ਖੈਰ ਕੋਈ ਨਹੀਂ ਤੁਹਾਡੇ ਵਾਸਤੇ ਐਡੀ ਗੱਲ ਕਾਈ ਨਹੀਂ ਆਉਣੀ ਪਰ ਸਾਡਾ ਬਾਲਣ ਚਾ ਕੇ ਲੈ ਜਾਂਦੀ ਵੀ ਪੁੱਛ ਤੇ ਬੰਦਾ ਲੈਂਦਾ ਚੋਰੀ ਤੇ ਨਹੀਂ ਕੋਈ ਨਹੀਂ ਚਲੋ ਕੋਈ ਨਹੀਂ ਏ ਅਵਾਰਡ ਗਵਾਡੇ ਤੇ ਕੋਈ ਨਹੀਂ ਐ ਸਮਸਲਾ ਐਡੀ ਕੋਈ ਬਸ ਕੋਈ ਨਹੀਂ ਕਰ ਲੈ ਨਹੀਂ ਕੋਈ ਨਹੀਂ ਛੋਟੀ ਗੱਲ ਨਹੀਂ ਨਾ ਬੰਦਾ ਆਵਾਂ ਗਵਾਂ ਨੂੰ ਤੰਗ ਨਹੀਂ ਕਰਦਾ ਠੀਕ ਏ ਚਲੋ ਮੈਂ ਸਮਝਾਈ ਸਾਨੂੰ ਇਸੇ ਵਜ੍ਹਾ ਤੂੰ ਮੈਂ ਆਈ ਆ ਤੁਹਾਡੇ ਕੋਲੋਂ ਭਾਈ ਤੁਸੀਂ ਬਹੁਤ ਜ਼ਿਆਦਾ ਇਨਸਾਨ ਹੋ ਪਏ ਮੈਂ ਦੋ ਵਾਰੀ ਆਪ ਹੀ ਵੇਖਿਆ ਤਾਂ ਮੈਨੂੰ ਗਵਾੜੀਆਂ ਦੱਸਿਆ ਮੈਂ ਚੁੱਪ ਕਰ ਗਈਆਂ ਮਜ਼ਾਰ ਦਾ ਘੋਟ ਪੀ ਲੈਨੇ ਬਈ ਤੁਸੀਂ ਉਹਨੂੰ ਜਾ ਕੇ ਸਮਝਾਓ ਜਾਂ ਉਹਨੂੰ ਆਖੋ ਬਈ ਪਤਾ ਸਾਨੂੰ ਲੱਗਾ ਫਤਾ ਹੁਣ ਤੁਸੀਂ ਆਪਣੀ ਜ਼ਬਾਨ 'ਚ ਉਹਨੂੰ ਸਮਝਾ ਲਵੇ ਅਗਰ ਮੈਂ ਦੁਬਾਰਾ ਉਹਨੂੰ ਵੇਖ ਲਿਆ ਮੈਂ ਉਹਦਾ ਸਿਰ ਪਾੜ ਸੱਟਣਾ ਅੱਛਾ ਖੈਰ ਹੈ ਮੈਂ ਉਹਨੂੰ ਸਮਝਾ ਦੋ ਗਈ ਹੈ ਭਾਈ ਮੁਹੱਲੇਦਾਰੀ ਦੀ ਸ਼ਾਇਕ ਆਈ ਨਹੀਂ ਉਹਦੇ ਵਿੱਚ ਰਹਿ ਗਈ ਇਨਸਾਨੀਅਤ ਹੀ ਨਹੀਂ ਗੈਰਤ ਹੀ ਕੋਈ ਨਹੀਂ ਉਹਦੇ ਵਿੱਚ ਨਹੀਂ ਉਹਨੂੰ ਅਸੀਂ ਸਮਝਾ ਲਈ ਸਾਂ ਤੁਸੀਂ ਸਮਝਾ ਲਓ ਨਾ ਤੇ ਉਹ ਬੇਸਾਰੇ ਮਸਲਾ ਨਹੀਂ ਕੋਈ ਨਹੀਂ ਮਸਲਾ ਬਿਲਕੁਲ ਅੰਮੀ ਨਹੀਂ ਸਹੀ ਹੈ ਤੇ ਮੈਨੂੰ ਆਪਣੀ ਜ਼ਬਾਨ ਨੇ ਸਮਝਾ ਲਿਓ ਨਾ ਬੜਾ ਬੁਰਾ ਹੋ ਸੀ ਚਲੋ ਮੈਂ ਉਹਨਾਂ ਦਾ ਸੌਂ ਕਰੇ ਸੋ ਕਿ ਸਾਰੀ ਜ਼ਿੰਦਗੀ ਉਹ ਯਾਦ ਰੱਖ ਸੀ ਚਲੋ ਠੀਕ ਸਮਝੇ ਨਾ ਇਹ ਮਾਈਆਂ ਹੁੰਦੀਆਂ ਤਾਂ ਕੱਲ ਤੋਂ ਪੈਦਲ ਜਾਈਆਂ ਚਲੋ ਮੈਂ ਉਹਨਾਂ ਨੂੰ ਜਾ ਕੇ ਤੇ ਸਾਰਿਆਂ ਨੂੰ ਸਮਝਾਈਨਾ ਬਈ ਇਹ ਕਿਦਾਂ ਹੀ ਸਮਾਣੀਆਂ ਆਪਸ ਇਹ ਲੜ ਨਾ ਪਾਵੇਂ ਇੱਕ ਦੂਜ ਦਾ ਸਿਰ ਜੂ ਪਾੜ ਛੁੜੇ ਸਣ ਬਦਨਾਮੀ ਤਾਂ ਸਾਂ ਦੀ ਆਉਣੀ ਹੈ ਨਾ ਮੈਂ ਇਹਨਾਂ ਸਾਰਿਆਂ ਨੂੰ ਜਾ ਕੇ ਸਮਝਾਈਨਾ ਜਲਦੀ ਜਲਦੀ ਕੋਈ ਆਚਾ ਤੇ ਥਾਪੀ ਥਾਪ ਕੇ ਰੱਖਣੀ ਨੇ ਸਾਰੀਆਂ ਫੋਸੀਆਂ ਆਪੀਆਂ ਉਸ ਜਿੱਤੀਆਂ ਵੀ ਨਹੀਂ ਸੀ ਨਾ ਰਹਿ ਗਈਆਂ ਨੇ ਇੱਕ ਮਿੰਟ ਅਮਾਸ ਕਿ ਤੁਮ ਤੇਰਾ ਮੇਰਾ ਹੋਵੇ ਤੇਰਾ ਬੇੜਾ ਘਰ ਕੋ ਹੈ ਤੇ ਸਮਝਦੀ ਕੀ ਹੈ ਯਾਰ ਹੋ ਜੀ ਬੋਲ ਕੇ ਆ ਗਿਆ ਤੇਰੀ ਜਿੱਤ ਤੇਰਾ ਸਾਡੀ ਥਾਪੀਆਂ ਚੁਰਾਈਆਂ ਨੇ ਤੇਰਾ ਬੇੜਾ ਤੇ ਮੈਨੂੰ ਕਿਉਂ ਮਰੰਦਾ ਪਿਆ ਇਹਨੂੰ ਮਾਰ ਲੈ ਇਹ ਸਭ ਨਾ ਚੋਲੋ ਫੋਸੀ ਚਾਹੀਏ ਓ ਚੋਲੋ ਸਾਡੇ ਥਾਪਿਆ ਤੋਂ ਕਰ ਸਕਦੀਆਂ ਤੇ ਮਲੰਗੀ ਨਾ ਪੈ ਨਾ ਮਲੰਗੀ ਨਾ ਪੈ ਨਾ ਤੇਰਾ ਪਰ छोटी छोटी बात पे लड़ाई झगड़ा नहीं होना चाहिए मतलब कि अड़ोस पड़ोस में मोहब्बत होनी चाहिए प्यार होना चाहिए ये नहीं कि छोटी छोटी बात पे लड़ाई करें और जान से ही ख़त्म कर दें ये जो इन्होंने किया मतलब कि ये हमें स्टोरी भेजी गई थी हमने बनाई है मतलब कि एक लड़ाई होती है वो तो एक हद तक ठीक है लड़ाई होना छोड़ देना एक किसी की जान ले लेना छोटी छोटी बात पर लड़ाई करना तो मज़ीद हमने स्टोरी बनाई है जैसे भेजी गई थी ठीक है कमी ज़रूर हुई होगी क्योंकि हम वैसी नहीं बना सके जैसी हमें सेंड की गई है मज़ीद भाई मलंगी से कहेंगे भाई मुबशिर से कहेंगे तो मैडम खुशी हैं तो मैडम आली हैं तो ये क्या इसके बारे में कमेंट करेंगे मैं तो ये गल आखसा
भाई आज ढोरा दे हेठू थापियां चा लेनिया या कोई आके जिम्मेदार दे खूह तू लक्कर चा लेनी कोई वड्डी गल नहीं जिम्मेदारों कोई फर्क नहीं पता हूँ फोसी तक गल है ए जनाब की मारी मैं यही कहूंगी कि जिसको अल्लाह ताला देता है उसको नखरा नाज बिल्कुल नहीं करना चाहिए। ये तो दुनियावी चीज़ें हैं, सब कुछ यही रह जाता है। हर इंसान दावे से आता है, अगर किसी ने दावे के साथ कोई चीज़ ले भी ली है या किसी हक से वो उसके घर आ गया या वो नहीं है, वो बाद में बता देता हो सकता है, उसको बोलने का मौका ही नहीं दिया। उन्होंने आके इतनी पिटाई की, मतलब कि मेरी इतनी धुलाई की, मुझे बोलने का मौका तक नहीं दिया और मुझे मार डाला। खुदा के लिए आप लोग ऐसा काम ना किया करें कि अगले बंदे की जान चली जाए। छोटी छोटी बातों का ख्याल किया करें। उम्मीद है कि आज का जो एपिसोड था भरपूर अच्छा लगा होगा। नेक्स्ट एपिसोड तक के लिए हमें इजाजत दीजिएगा। नारा लगाते हैं नुमान टीवी जिंदाबाद। पैंदावा पूछ के उठा लेती तो बेहतर हो।